ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਹੈ, ਕਾਇਮ ਆ ਜੀ। ਅੱਜ ਬੜੇ ਟਾਈਮ ਬਾਅਦ ਪਹੁੰਚੇ ਆਪਾਂ ਬਾਈ ਚਰਨੀ ਕੋਲੇ, ਪਿੰਡ ਨਥਾਣਾ ਜੀ, ਜ਼ਿਲ੍ਹਾ ਬਠਿੰਡਾ, ਕਬੱਡੀ ਦੇ ਕੋਚ ਕੋਲੇ। ਅਤੇ ਬਾਕੀ ਤੁਹਾਨੂੰ ਪਤਾ ਪਹਿਲਾਂ ਤੋਂ ਹੀ ਮੱਝਾਂ ਦੇ ਵਿੱਚ ਇਹ ਮੰਨਿਆ ਵਾ, ਨੇੜੇ ਤੇੜੇ ਸਾਰੇ ਜਾਣਦੇ ਆ ਬਾਈ ਨੂੰ। ਤਾਂ ਅੱਜ ਬਾਈ ਨਾਲ ਵੀ ਗੱਲ ਕਰਾਉਣੇ, ਅਤੇ ਅੱਜ ਜਿੰਨੀਆਂ ਵੀ ਬਾਈ ਕੋਲੇ ਜਿਹੜੇ ਜਾਨਵਰ ਹੈਗੇ ਆ, ਅਤੇ ਸਾਰਿਆਂ 'ਤੇ ਇੱਕ ਵਾਰੀ ਤੁਹਾਡੀ ਮਰਵਾਉਣੇ ਚਾਹਤੀ। ਅਤੇ ਬਾਈ ਕੋਲੇ ਜਾਨਵਰ ਤਾਂ ਇਸ ਟਾਈਮ 70 ਦੇ ਲਗਭਗ ਖੜੇ ਆ, ਠੀਕ ਹੈ। ਅਤੇ ਪਰ ਇੱਕ ਵਾਰੀ ਜਿਹੜੇ ਕੋਈ ਵੀ ਮੌਕੇ ਦੀ ਤਿਆਰ ਆ, ਉਹਦੇ ਉੱਤੇ ਤੁਹਾਡੀ ਇੱਕ ਝਾਤੀ ਮਰਵਾਉਣੇ ਆ ਬਾਈ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬਾਈ। ਹੋਰ ਚਰਨੀ ਠੀਕ ਹੈ? ਠੀਕ ਹੈ ਬਾਈ, ਵਧੀਆ। ਅਤੇ ਕਿੰਨੀਆਂ ਮੱਝਾਂ ਤਿਆਰ ਅੱਜ ਆਪਣੀਆਂ ਬਾਈ? ਅੱਜ 5 ਕੁ ਝੋਟੀਆਂ ਹੈਗੀਆਂ। 5 ਕੁ ਝੋਟੀਆਂ, ਠੀਕ ਹੈ। ਤਾਂ ਇਹ ਹਜੇ ਹੁਣੀ ਆਇਆ ਹਜੇ ਮਾਲ? ਇਹ ਹਾਂ ਬਾਈ, ਹੁਣੀ ਆਇਆ, 2 ਕੁ ਆਪਣੇ ਘਰ ਦੀਆਂ ਮਾਲ ਜ਼ਿਆਦੇ ਹੋ ਗਏ। ਅੱਛਾ, 2 ਕੁ ਘਰ ਦੀਆਂ, ਹੁਣ ਕੋਈ ਮਗਰਲੀ ਵਾਰ ਵਧਾ ਲਈਆਂ ਸੀ? ਹਾਂ ਹਾਂ, ਜ਼ਿਆਦੇ ਹੋ ਗਿਆ ਸੀ ਮਾਲ। ਠੀਕ ਹੈ। ਅਤੇ ਹੁਣ ਫਾਰਮ ਉੱਧਰਲਾ ਜਮਾਂ ਓਵਰ ਕਰਤਾ? ਓਵਰ ਹੈ ਬਾਈ, ਠੀਕ ਹੈ। ਇੱਕ ਹੋਰ ਵੀ ਓਵਰ ਆ, ਇੱਕ ਹੋਰ ਵੀ ਕਰ ਲਿੱਤੇ, 3 ਹੋ ਗਏ ਹੁਣ। ਹਾਂ, 3 ਹੋ ਗਏ, 3 ਫਾਰਮ। ਦੇਖੋ ਜੀ, ਕਹਿੰਦੇ ਹੁੰਦੇ ਜਦੋਂ ਮਿਹਨਤ ਨੂੰ ਬਾਈ ਦੀ ਨੂੰ ਸਲਾਮ ਹੈ, ਹਨਾ। ਪਹਿਲਾਂ ਇਹ ਫਾਰਮ ਸੀਗਾ, ਫਿਰ ਬਾਈ ਦੀ ਵੀਡੀਓ ਤੁਹਾਨੂੰ ਦੂਜੇ ਫਾਰਮ ਦੀ ਵੀ ਦਿਖਾਈ, ਤਾਂ ਫਿਰ ਇੱਕ ਬਾਈ ਨੇ ਹੋਰ ਫਾਰਮ ਨਾਲ ਕਰ ਲਿਆ। ਅਤੇ ਆਪਾਂ ਸਟਾਰਟ ਕਿੱਥੋਂ ਕਰੀਏ? ਕਿਸੇ ਤੋਂ ਕਰ ਲਓ। ਬਹੁਤ ਸੋਹਣੀਆਂ ਝੋਟੀਆਂ ਵੀ, ਇੱਥੋਂ ਹੀ ਕਰੀਏ ਆਪਾਂ ਪਹਿਲਾਂ ਮੱਝ ਤੋਂ ਹੀ? ਹਾਂ ਬਾਈ, ਕਰ ਲਿਓ। ਬਾਕੀ ਤੁਹਾਨੂੰ ਆਹ ਵੀ ਝੋਟੀ ਦਿਖਾਉਣੀ ਆ, ਜਿਹੜੀ 2 ਦੰਦ ਤੋਂ ਹੁਣ ਸੈੱਟ ਗਈ, 4 ਦੰਦ ਹੋ ਗਈ, ਆਪਾਂ 4 ਦੰਦ ਕਹਿ ਸਕਦੇ ਹਾਂ। ਸਿੰਘ ਦੇਖੋ, ਉਹ ਵੀ ਤੁਹਾਨੂੰ ਦਿਖਾਵਾਂਗੇ। ਅਤੇ ਬਾਈ ਇਹਦੀ ਕੀ ਡਿਟੇਲ ਹੈ? ਹਿੰਦੀ ਬਾਈ, ਇਹ ਇੱਧਰ ਤੀਜਾ ਸੂਆ ਝੋਟੀ ਸੂਈ ਹੈ ਬਾਈ ਇਹ। ਅੱਛਾ, ਇਹ ਤੀਜਾ ਸੂਆ ਸੂਈ ਹੈ? ਹਾਂ, 4 ਦਿਨਾਂ ਦੀ ਸੂਈ ਹੈ ਬਾਈ ਅੱਜ। ਓਕੇ, ਅਤੇ 4 ਦਿਨਾਂ ਦੀ ਸੂਈ, ਇਹਦੀ ਰਿਪੋਰਟ ਤਾਂ ਬਾਈ 20 ਕਿਲੋ ਦੀ ਪਲੱਸ ਪਲੱਸ ਦੀ ਹੈ ਇਹਦੀ ਰਿਪੋਰਟ ਤਾਂ। ਓਕੇ, 20 ਕਿਲੋ ਦੀ। ਮਾੜਾ ਜਿਹਾ ਸਾਈਡ ਥੋੜ੍ਹਾ ਜਿਹਾ ਰੱਖਦੀ ਹੈ 19-20 ਉਹ ਵੀ। ਚੋਣ ਚਾਂਦ ਦੀ ਸਾਰੇ ਪੋਲੀ ਸੰਡੀ ਸੀਲ ਬਹੁਤ ਜ਼ਿਆਦੇ ਆ ਬਾਈ। ਓਕੇ, ਖੋਲੀ ਬਾਈ, ਖੋਲ ਆਪਣਾ। ਬਹੁਤ ਸੋਹਣਾ। ਤੇ ਮਿੱਤਰੋ, ਇਹ ਮੱਝ ਪੂਰੀ ਵਧੀਆ ਚੰਗੀ ਹੈਟ ਦੀ, ਇੱਕ ਹੁੰਦੀ ਹੈ ਨੋਰਮਲ ਦਰਮਿਆਨੀ ਹੁੰਦੀ ਹੈ, ਨਹੀਂ ਇਹ ਚੰਗੀ ਹੈਟ ਵਾਲੀ ਮੱਝ ਹੈ। ਤਾਂ ਆਰਡਰ ਦਾ ਤੁਸੀਂ ਸਾਈਜ਼ ਇਹਦਾ ਦੇਖ ਹੀ ਸਕਦੇ ਆ। ਮੋੜ ਲਿਆ ਆਪਣੇ ਇੱਥੇ ਅੰਦਰ ਖੜ ਕੇ ਨਾ, ਕਾਲੀ ਸੀ ਜਿੱਦੇ 3 ਦਿਨ ਪਹਿਲੇ, ਹੁਣ ਰੰਗ ਥੋੜਾ ਜਿਹਾ ਸੁੱਕ ਨਾ ਹੋਣ ਲੱਗ ਜਾਂਦਾ। ਨਹੀਂ, ਹੋ ਜਾਂਦਾ ਜਦੋਂ ਸਾਂ ਆ ਥੋੜੀ ਜਿਹੀ, ਆਪਾਂ ਧੁੱਪ ਵੀ ਜ਼ਿਆਦੇ ਹੋਣੀ, ਧੁੱਪ ਜਿਹੜਾ ਅੰਦਰ ਬਈ ਇੱਕ ਮਾਲ ਜ਼ਿਆਦੇ ਆ। ਬਿਲਕੁਲ। ਤੇ ਬਾਈ ਦਾ ਨੰਬਰ ਇੱਕ ਵਾਰੀ ਅਸੀਂ ਦੁਬਾਰੇ ਇੱਕ ਵਾਰੀ ਸਟਾਰਟਿੰਗ ਦੇ ਵਿੱਚ ਹੁਣ ਬੋਲਦੇ ਆ, ਤਾਂ ਜਿਵੇਂ ਜਿਵੇਂ ਜਚੀ ਗਈ ਤੇ ਤੁਸੀਂ ਬਾਈ ਨੂੰ ਜਿਹੜਾ ਕੰਟੈਕਟ ਕਰਦੇ ਰਹੋ ਨਾਲ ਦੀ ਨਾਲ, ਸਾਰੀ ਡਿਟੇਲ ਬਾਕੀ ਤੁਹਾਨੂੰ ਫੋਨ ਤੇ ਦਿੰਦਾ ਰਹੂ, ਜਦੋਂ ਮਰਜ਼ੀ ਆਇਓ ਚੋਕੇ ਦੇਖਿਓ। ਤਾਂ ਅੱਗੇ ਵੀ ਬਾਈ ਇਹੀ ਗੱਲ ਕਹਿਣਾ ਹੁੰਦਾ? ਹਾਂ ਬਾਈ, ਜੋ ਚੀਜ਼ ਦੱਸਤੀ ਉਹ ਹੋਊਗੀ, ਆ ਬਾਕੀ ਜੋ ਆਪਣੇ ਕੋਲੇ ਨਾ, ਚਲੋ ਬਾਈ ਹੁੰਦਾ ਜਿਹੜੀ ਆਪਣੇ ਕੋਲੇ 15 ਦਿਨ ਦੀ ਆ, ਜਾ ਕੇ ਆਪਣੇ ਕੋਲੇ ਮਾਲ ਜ਼ਿਆਦੇ ਆ, ਲੋਕਾਂ ਕੋਲੇ 20-20 ਕਿਲੋ ਵੀ ਦੁੱਧ ਦਿੱਤਾ ਜਾਂਦਾ, ਬਾਕੀ ਲੋਕ ਲੈ ਕੇ ਆਪ ਹੀ ਨਾ, ਅੱਗੇ ਵੀ ਆਪਣਾ ਹਾਂ ਮਗਰ ਫੋਨ ਆ ਜਾਂਦਾ ਨਾ, ਆਪਾਂ ਦੱਸ ਦਿੰਦੇ ਵੀ ਬਾਈ ਵਧੀਆ, ਕਿਉਂਕਿ ਮਾਲ ਜ਼ਿਆਦੇ ਕਰਕੇ ਇੱਥੇ ਆਪਣੇ ਕੋਲ ਲਿੱਸੇ ਰਹਿ ਜਾਂਦੇ ਆ, ਲਿੱਸੇ ਰਹਿ ਜਾਂਦਾ ਬਾਈ ਜ਼ਿਆਦੇ। ਬਾਈ ਨੰਬਰ ਬੋਲੀ ਇੱਕ ਵਾਰੀ। 98-160 ਬਾਈ, 98-160, 30-726, 30-726, ਇਹ ਬਾਈ ਦਾ ਨੰਬਰ ਹੈ। ਤੇ ਇੱਕ ਨੰਬਰ ਹੀ ਬੋਲਣਾ ਇਹ ਆਪਾਂ? ਹਾਂ, ਇੱਕ ਹੀ ਬੋਲਣਾ, ਜੇ ਦੂਜਾ ਨੰਬਰ ਬੋਲਾਉਣ ਤਾਂ ਘੱਟ ਲੱਗ ਬਾਈ, ਨਹੀਂ ਫਿਰ ਉਹ ਕਈ ਵਾਰੀ ਫੋਨ ਪਾਸੇ ਹੁੰਦਾ, ਫਿਰ ਇੱਕ ਨੰਬਰ ਹੀ ਲੋਟ ਆ ਸੋ ਕਦੀ। ਹਾਂ, ਦੁਬਾਰੇ ਫੇਰ ਬਾਈ ਦੀ ਇਹ ਨੰਬਰ ਅਸੀਂ ਬੋਲਦੇ ਰਵਾਂਗੇ। ਤਾਂ ਇਹਦੀ ਡਿਟੇਲ ਤੁਹਾਨੂੰ ਦੱਸਤੀ, ਦੇਖੋ ਠੰਡੀ ਲੰਮਾ ਸਮਾਂ ਦੁੱਧ ਦੇਣਾ ਝੋਟੀ ਆ ਬਾਈ, ਬਹੁਤ ਜ਼ਿਆਦਾ ਸੋਹਣੀ ਤੇ ਬੜੀ ਚੰਗੀ ਸਕੀਨ ਝੋਟੀ ਹੈ। ਤੇ ਮਗਰ ਮੇਲ ਕਾਫ? ਹਾਂ, ਮੇਲ ਕਾਫ ਆ ਬਾਈ। ਆ ਜਾਓ ਜੀ। ਤੇ ਇਹ ਦੂਜੀ, ਇਹ ਤੀਜਾ ਸੂਆ ਬਾਈ, ਤੀਜਾ ਸੂਆ ਸੂਣ ਵਾਲੀ ਹੈ? ਇਹ ਸੂਣ ਵਾਲੀ ਆ, ਆਪਣੇ ਕੋਲੇ ਆਪਾਂ ਚੋਈ ਵੀ ਇੱਕ ਸਾਲ ਇਹ। ਓਕੇ, ਹਾਂ, ਇਹਦਾ ਤਾਂ ਇਹਦੇ ਦੁੱਧ ਦੀ ਅਪਡੇਟ ਬਾਈ, ਇਹ ਆਪਣੇ ਮਾਲ 'ਚ ਬਾਈ 20 ਕਿਲੋ ਦੁੱਧ ਦਿੱਤਾ ਪਿਆ, ਆਪਣੇ ਮਾਲ 'ਚ 20 ਕਿਲੋ ਦੁੱਧ ਦਿੱਤਾ। ਹੁਣ ਕਿੰਨਾ ਟਾਈਮ ਪਿਆ? ਹੁਣ ਇਹਦੇ ਬਾਈ ਦਿਨ ਲਿਖੇ ਨਹੀਂ ਆਪਾਂ, ਮੈਂ ਕਹਿੰਦੇ 10 ਲੈ ਜੇ, 12 ਲੈ ਜੇ, 8 ਲੈ ਜੇ, ਉਹ ਪਤਾ ਚੱਲ ਜਾਏ। ਗੈਸ ਬਹੁਤ ਪਈ ਆ, ਹਜੇ 8 ਦਿਨ ਤਾਂ ਲੈਂਦੀ ਆ, ਹਨਾ। ਬਾਕੀ ਦੁੱਧ ਨੂੰ ਠੰਡੀ ਤੇ ਲੰਮਾ ਸਮਾਂ, ਦੁੱਧ 1.5 ਮਹੀਨਾ ਪਹਿਲਾਂ ਹੀ ਛੱਡੀ ਆ ਦੁੱਧ, ਓਕੇ, ਛੱਡਣੀ ਪੈਂਦੀ ਆ ਬਾਈ ਧੱਕੇ ਨਾਲ। ਲਾ ਬਾਈ ਦਵਾਈ ਕਿਹੜਾ ਇਹਦਾ ਵੀ? ਆਹ ਦਵਾ ਲਓ ਵੀ, ਇਹ ਘਰੇ ਬਾਈ ਦੇ ਫਾਰਮ ਤੇ ਚੋਈ ਵੀ ਆ, ਆਪਦੀ ਆਪਾਂ ਕਹਿ ਸਕਦੇ ਹਾਂ ਘਰ ਦੀ ਮੱਝ ਹੈ।
ਤਾਂ 20 ਲੀਟਰ ਦੁੱਧ ਦਿੰਦੀ ਹੈ। 20 ਕਿਲੋ ਮਾਰ ਦਿੰਦੇ ਹੋ ਸੇਵਾ, ਜੇ ਚੰਗੇ ਥਾਂ ਤਾਂ ਵੱਧ ਵੀ ਕੱਢੂਗੀ ਬਈ ਇਸ ਦੁੱਧ ਦੀ, ਵਾਰ ਵਾਰ ਦੁੱਧ ਦੇਣ ਵਾਲੀ ਮੈਂ। ਇੱਕ ਇਹ ਲੰਮਾ ਸਮਾਂ ਦੁੱਧ ਦਿੰਦੀ ਹੈ, ਆ ਜਾ ਮੋੜ ਲਿਆ, ਦੁੱਧ ਲੰਮਾ ਸਮਾਂ ਦਿੰਦੀ ਹੈ, ਜਮਾਂ ਛੱਡਣੀ ਪੈਂਦੀ, ਛੱਡਣੀ ਪੈਂਦੀ, 1.5 ਮਹੀਨਾ ਪਹਿਲਾਂ ਛੱਡੀ ਆ, ਬੰਦੇ ਖੜੇ ਆ, ਮੈਂ ਤਾਂ ਇਹਨਾਂ ਨੂੰ ਪੁੱਛ ਲੈ ਕਿਵੇਂ ਛੱਡੀ ਆ ਮੈਂ। ਬਿਲਕੁਲ, ਇਹ ਤਾਂ ਹੁਣ ਵੀ ਕਹੀ ਜਾਂਦੇ ਸੀ ਵੀ ਸੱਟ ਪਰੇ ਦੇਣ ਨੂੰ, ਸਹੀ ਮੈਂ ਕਿ ਚਲੋ ਵੀ ਥਾਂ ਥੁਣ ਵੀ ਬਹੁਤ ਸੋਹਣਾ, ਤਾਂ ਚੰਗਾ ਆਡਰ ਹੈ, ਜਦੋਂ ਤਿਆਰ ਹੋ ਗਈ ਤਾਂ ਬਾਕੀ ਉਹ ਤਾਂ ਗੱਲ ਹੀ ਬਾਤ ਹੀ ਹੋਰ ਹੋ ਜਾਣੀ ਐਂਡ ਵਾਲੀ। ਤੇ ਉਦੋਂ ਬਾਅਦ ਇਹ ਝੋਟੀ ਦੀ ਬਾਈ, ਇਹ ਬਾਈ ਕੱਲ ਸੂਈ ਆ, ਓਕੇ, ਹਾਂ ਬੋਲਾ ਚੋਇਆ ਵਾ, ਬੋਲਾ ਬੋਲਾ ਚੋਇਆ ਵਾ, ਹਾਂ ਚਾਰ ਦੰਦ ਆ ਇਹ ਮੂੰਹ, ਦੂਜਾ ਸੂਆ ਚਾਰ ਦੰਦ, ਓਕੇ, ਹਜੇ ਤਾਂ ਇਹਦੇ ਭਲੂਣ ਵੀ ਚੜੀ ਵੀ ਆ, ਕੱਲ ਹੀ ਸੂਈ ਆ, ਤੇ ਮਗਾ ਮਗ ਦਿੱਤਾ ਜੀ, ਮਗਰ ਕੱਟੀ ਆ ਬਾਈ ਜੀ, ਅੱਛਾ ਇਹਨੇ ਫੀਮੇਲ ਕਾਫ ਦਿੱਤੀ ਆ, ਹਾਂਜੀ, ਅੱਛਾ ਦੂਜਾ ਸੂਆ ਚਾਰ ਦੰਦ ਹੈ, ਹਾਂ ਬੜੀ ਛੋਟੀ ਉਮਰ ਦੀ ਸੂਈ ਆ, ਹਾਂ ਬਈ ਪਹਿਲਾਂ ਨਾ ਕਹਿੰਦੇ ਖੀਰੀ ਸੂਈ ਸੀਗੀ, ਉਹਨਾਂ ਮੁਤਾਬਕ ਤਾਂ ਕਹਿੰਦੇ ਸੀ ਪਹਿਲਾਂ ਦਾ 16 ਕਿਲੋ ਦੁੱਧ ਚੋ ਰੱਖਿਆ ਇਹਦਾ, ਓਕੇ, ਪਹਿਲਾਂ ਦਾ ਖੀਰੀ ਦਾ, ਹਾਂ, ਤੇ ਬਾਕੀ ਬਾਈ ਹੁਣ ਵੀ ਉਮਰ ਛੋਟੀ ਹੁੰਦੀ ਆ ਚਾਰ ਦੰਦ ਦੀ, ਆਪਾਂ ਕਹਿ ਸਕਦੇ, ਹਾਂ ਹਾਂ ਆਪਾਂ ਵਿਖਾ ਵੀ ਦਿੰਦੇ ਬਈ, ਆਪਾਂ ਤਾਂ ਸਿੰਘ ਸੁੰਘ ਬੜਾ ਸੋਹਣਾ ਹਨਾ, ਹਾਂ ਬਈ ਲਓ ਵੀ ਮਿੱਤਰੋ ਲਓ ਕਰੋ ਚੱਕ ਲਓ, ਜਮਾਂ ਚਾਰ ਦੰਦ ਲੈ ਕਲੀਅਰ, ਠੀਕ ਹੈ ਜੀ, ਆ ਜਾਓ ਬੇੜਾ, ਹਾਂ ਲੈ, 2.5 ਕਿਲੋ ਦੀ ਤਾਂ ਬਈ ਗਾੜੀ ਸੀ ਇਹਦੀ ਪਹਿਲਣ ਦੀ, ਉਹਨਾਂ ਦੱਸਣ ਮੁਤਾਬਕ, ਹੁਣ ਕਿੰਨਾ ਦਿੰਦੀ ਆ ਬਾਕੀ ਆਪਣੇ ਕੋਲੇ ਦੁੱਧ ਤੇ ਆਜੂ ਪਤਾ, ਲੈ ਵੀ ਮਿੱਤਰੋ ਹੁਣ ਤੁਹਾਨੂੰ ਦਿੰਦੀ ਤਾਂ ਹੋਊਗੀ ਇਹ ਤੁਰਦੀ, ਤਾਂ ਬੌਲੀ ਦੇ ਉੱਤੋਂ ਵੀ ਹਜੇ ਮਤਲਬ ਖਾਲੀ ਆ, ਕਿਉਂਕਿ ਪਸ਼ੂ ਤਣਾਇਆ ਹੁੰਦਾ, ਬੌਲੀ ਕੱਢਣੀ ਪੈਂਦੀ ਹੈ, ਤਾਂ ਕੱਲ ਹੀ ਸੂਈ ਹੈ, ਬੱਚੇ ਬੁੱਚੇ ਨੂੰ ਆਪਾਂ ਜੰਗਾ ਦਿੰਦੇ ਹਾਂ, ਅਤੇ ਨਾਲੇ ਆਡਰ ਜਮਾਂ ਢਿੱਲਾ ਕੀਤਾ ਵਾ, ਕੋਈ ਐਂ ਨਹੀਂ ਵੀ ਬੌਲੀ ਰੋਕੀ ਵੀ ਹੈ, ਅਤੇ ਫਿਰ ਵੀ ਇਹਦਾ ਜਿਹੜਾ ਆਡਰ ਦਾ ਸਾਈਜ਼ ਆ ਬਹੁਤ ਜ਼ਬਰਦਸਤ ਆ, ਅਤੇ ਬਾਕੀ ਅਤੇ ਉਮੀਦ ਕੀ ਕਰਦਾ ਇਹ ਤੋਂ ਇੱਥੇ? ਉਮੀਦ ਤਾਂ 20 ਕਿਲੋ ਦੀ ਹੈ ਜੀ ਉਮੀਦ ਤਾਂ, ਹਨਾ ਆਡਰ ਉਡਰ ਬਹੁਤ ਸੋਹਣਾ ਹਨਾ, ਬਾਕੀ ਬਾਈ ਜਦੋਂ ਆ ਗਈ ਹਨਾ, ਬਾਕੀ ਉਦੋਂ ਹੁਣ ਕੁਛ ਬਾਕੀ ਜੇਕਰ ਇਹ ਆਪਾਂ ਤਿਆਰ ਕਰਕੇ, ਕੱਦ ਬਹੁਤ ਵੱਡਾ, ਹਾਂ ਬਾਈ ਬੇਲ, ਕੱਦ ਬੇਲ, ਲੰਮਾਈ ਚੜਾਈ ਬਹੁਤ ਹੈ, ਤਾਂ ਬਾਕੀ ਹਜੇ ਤਾਂ ਜਦੋਂ ਸੈੱਟ ਹੋ ਗਈ ਆ, ਭਲੂਣ ਭਲੂਣ ਲਾ ਗਈ ਲੱਤਾਂ, ਹਜੇ ਦਿਨ ਪਏ ਸੀ ਬਾਈ ਸੂਣ ਦੇ, ਹਾਂ ਹਜੇ 8-7 ਦਿਨ ਪਏ ਸੀ ਸੂਣ ਦੇ ਬਾਈ, ਓਕੇ, ਤੇ ਗੱਡੀ ਚ ਆ ਕੇ ਨਾ ਛੇਤੀ ਸੂਪੀ ਬਈ, ਉਹ ਸਲਕ ਜੇ ਜਾਂਦਾ ਪਸ਼ੂ, ਸਲਕ ਜੇ ਜਾਂਦਾ, ਹਾਂ ਬਾਈ ਬਹੁਤ ਸੋਹਣੀ ਝੋਟੀ ਆ ਬਾਈ, ਤੇ ਮਗਰ ਫੀਮੇਲ ਹੈ, ਹਾਂ ਫੀਮੇਲ, ਤੇ ਆ ਜਾਓ ਵੀ ਮੁੰਡੇ, ਤਾਂ ਹੁਣ ਆਪਾਂ ਕਰੀਏ ਦੂਜੀ ਝੋਟੀ ਦੇ, ਇਹ ਵੀ ਬਾਈ ਦੇ ਘਰ ਦੀ ਕੱਟੀ ਹੈ, ਹਾਂ ਘਰ ਦੀ ਕੱਟੀ ਹੈ ਬਾਈ, ਤੇ ਪਹਿਲਾ ਸੂਆ ਸੂ ਰਹੀ ਹੈ, ਹਾਂ ਬਾਈ ਸੂਪੀ ਬਈ ਇਹ, ਅੱਛਾ ਸੂਪੀ, 4 ਦਿਨਾਂ ਦੀ ਸੂਈ ਹੈ ਬਾਈ, 4 ਦਿਨਾਂ ਦੀ ਸੂਈ ਹੈ, ਤੇ ਤਿਆਰੀ ਦੇਖੋ ਜੀ ਝੋਟੀ ਦੀ, 4 ਦਿਨਾਂ ਦੀ ਸੂਈ ਹੈ, ਤੇ 10 ਕਿਲੋ ਦੁੱਧ ਇਹਦਾ ਮਤਲਬ ਕਿ ਹੈਗਾ, ਇੱਕ ਐਂ ਹੈ ਬਾਈ ਪਿੰਦੀ, ਇਹਨੂੰ ਸੂਣ ਤੋਂ ਪਹਿਲਾਂ ਆਪਾਂ ਆ ਪਾਇਆ ਜਾਂ ਕੁਛ ਵੀ ਨਹੀਂ ਪਾਇਆ, ਨੋਰਮਲ ਉਹ 'ਚ ਤਿਆਰ ਹੋਈ ਹੈ ਕੱਟੀ, ਨੋਰਮਲੀ ਤਾਂ ਆਪਾਂ ਉਹ ਕੀਤੀ ਹੈ, ਇਹਦੀ ਬਲੱਡ ਲਾਈਨ ਬਹੁਤ ਚੰਗੀ ਹੈ, ਇਹਦੀ ਮਾਂ ਆਪਾਂ ਹੰਸੀ ਤੋਂ ਆਈ ਸੀਗੀ, ਹਾਂ ਸ਼ੇਰੂ ਦੀ ਡਾਇਰੈਕਟ ਕਰੋਸਿੰਗ ਦੀ ਸੀਗੀ, ਜਿਹੜੀ ਆਂਧਰਾ ਚਲਾ ਗਿਆ ਸ਼ੇਰੂ, ਇਹਦੀ ਮਾਂ, ਇਹਦੀ ਮਾਂ, ਇਹਦੀ ਮਾਂ, ਇਹ ਆਪਣੀ ਸਰਕਾਰੀ ਐਚ ਉਹਦੀ ਸੀ ਬਾਈ, ਬਾਕੀ ਮੂਹਰੇ ਝੋਟੀ ਖੁੱਲੂਗੀ ਹੈ ਨਾ, ਆਡਰ ਬਹੁਤ ਜ਼ਿਆਦਾ ਜ਼ਬਰਦਸਤ ਆ, ਜਿਹਨੂੰ ਆਪਾਂ ਕਹਿ ਦਿੰਦੇ ਨੇ ਵੀ ਮਗਰੋਂ ਸਟਾਰਟ ਹੋ ਕੇ ਧੁੰਨੀ ਤੱਕ ਲੱਗਦਾ, ਹਾਂ ਉਹ ਆਡਰ ਆ ਖੋਲੀ ਵੀ ਜਵਾਨਾ, ਇਹ ਕਿਵੇਂ ਦਿੰਦੀ ਆ ਉਹ ਪਤਾ ਲੱਗੂਗਾ, ਤੇ ਇਹਦੀ ਮਾਂ ਮਤਲਬ ਕਿ ਲੰਮਾ ਸਮਾਂ ਤੇ ਠੰਡੀ ਸੀ ਦੁੱਧ, 4 ਦਿਨਾਂ ਦੀ ਸੂਈ ਵੀ ਤਾਂ 9-10 ਕਿਲੋ ਤਿਆਰ, 10 ਕਿਲੋ ਦੁੱਧ ਤਿਆਰ ਆ ਬਿਨਾ ਉਸ ਦੇ, ਫਿਰ ਤਾਂ ਕਾੜੇ ਸਭ ਕਾਸੇ ਤੋਂ ਬਿਨਾ ਬਾਈ, ਓਕੇ, ਫਿਰ ਤਾਂ ਦੁੱਧ ਬਾਈ ਦੇਊਗੀ, ਬਹੁਤ ਦੇਊਗੀ, ਕਹਿੰਦੇ ਸੂਣ ਤੋਂ ਪਹਿਲਾਂ ਨਾ ਦੇ, ਇਹਨਾਂ ਯਕੀਨ ਜਾਏਗਾ 15-16, 15-16 ਦਾ ਮੈਨੂੰ ਮਿਲਦਾ, ਹਾਂ ਜਿਹੜੇ ਲੋੜ ਤੇ ਆਡਰ ਹੈ ਨਾ, ਬਾਕੀ ਆਪਾਂ ਆਪ ਨੂੰ ਕਿਹੜਾ ਕਿਹੇ ਜੇ ਬਾਈ 10 ਦਿਨਾਂ ਚ ਝੋਟੀ ਆ ਜੂ ਕੁਝ ਬਾਈ, ਚੋਕੇ ਜੇ ਤਿਆਰ ਹੋ ਗਈ, ਹੂੰ, ਦੁੱਧ ਤੇ ਚੋਕੇ 2 ਟਾਈਮ 3 ਟਾਈਮ ਦੇਖੋ ਜੀ ਬਾਈ, ਆਰਡਰ ਦੀ ਲਮਾਈ ਚੜਾਈ ਸਮਾ ਕੇ ਥਣ ਬਹੁਤ ਸੋਹਣਾ ਕੱਢਦੀ ਹੈ ਬਾਈ, ਪਹਿਲਾਂ ਦੇ ਦੇਖੋ, ਦੇਖੋ ਇਹਨੇ ਨਾ ਸਿੰਘ ਘਸਾ ਘਸਾ ਹੋ ਗਏ ਬਈ, ਇਹਦੇ ਬਹੁਤ ਸ਼ਕੀਨ ਸੀ, ਇੱਕ ਥਾਂ ਹੀ ਬੰਨੀ ਰਹਿੰਦੀ ਸੀ, ਓਕੇ, ਉੱਥੇ ਘਸਾ ਕੇ ਥੋੜੀ ਮਾਲ ਜਾਦੇ ਸੀ, ਦੇਖੋ ਬਈ
ਅੱਛਾ ਇਹਦੇ ਮਗਰ ਕੀ ਆ ਭਾਈ? ਲਾ ਦੂ ਬਈ ਲੇਵਾ ਹੈ ਪਿੰਦੇ ਇਹਦੇ ਮਗਰ ਕੱਟਾ ਬਈ ਇਹਦੇ ਮਗਰ ਮੇਲ ਕਾਫ ਹੈ। ਹਾਂ ਇਹ ਵੀ ਸ਼ਾਂਤਰਾ ਵਾਪਾ ਟੀਕਾ ਭਰਾਇਆ ਬਾਕੀ। ਹਾਂ ਜਦੋਂ ਇਹ ਖੁੱਲ ਗਈ ਨਾ ਝੋਟੀ ਉਦੋਂ ਗੱਲਬਾਤ ਵੱਖਰੀ ਕਰ ਦੂ ਹਨਾ, ਐਂਡ ਕਰ ਦੂਗੀ। ਅੱਛਾ ਚਾਰੇ ਮੱਝਾਂ ਇੱਧਰ ਹੋ ਗਈਆਂ ਤੇ ਇੱਕ ਹੁਣ ਦਿਖਾਈਏ ਆਪਾਂ ਕੱਟੀ ਝੋਟੀ। ਤੇ ਬਾਈ ਤਾਂ ਮੈਨੂੰ ਕਹਿੰਦਾ ਹਜੇ ਮਾੜੀ ਜੀ ਮੈਨੂੰ ਇਹ ਤਿਆਰ ਕਰਨ ਦੇ ਕਹਿੰਦਾ ਦੁੱਧ ਉੱਤੇ, ਤੇ ਮੈਂ ਕਹਿੰਦਾ ਇਹਦੀ ਰੇਸ ਚੁਕਾਉਣੀ ਹੈ ਹਜੇ, ਖੁਰਾਕ ਖੁਰੂਕ ਸ਼ੁਰੂ ਕਰਨੀ ਹੈ। ਬਾਈ ਨੂੰ ਮੈਂ ਕਿਹਾ ਨਹੀਂ ਯਾਰ ਮੈਨੂੰ ਬੜੀ ਸੋਹਣੀ ਲੱਗੀ, ਸਿੰਘ ਦੇਖੋ ਕਮਾਲ ਹੈ, ਦੇਖੋ ਹੁਣ ਮੋਬਾਈਲ ਦੇ ਫਰੇਮ 'ਚ ਖੜੀ ਹੈ, ਦੇਖੋ ਐਂ ਪ੍ਰੋਪਰ ਢੰਗ ਦੇ ਨਾਲ, ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਜ਼ਿਆਦਾ ਸੋਹਣੀ ਲੱਗੀ ਮੈਨੂੰ, ਮੇਰੇ ਦਿਲ ਨੂੰ ਬੜੀ ਜਚੀ। ਤਾਂ ਤੁਸੀਂ ਵੀ ਦੇਖ ਸਕਦੇ ਹਾਂ, ਸਕੀਨੀ ਦੇਖ ਸਕਦੇ ਹਾਂ, ਵੀ ਚਾਰ ਦੰਦ ਹੋ ਗਈ ਤਾਂ ਛੋਟਾ ਜਿਹਾ ਸਿੰਘ ਹੈ ਅਤੇ ਆਟਰ ਊਟਰ ਬਹੁਤ ਜ਼ਬਰਦਸਤ ਹੈ। ਅਤੇ ਬਾਈ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ? ਇਹਨੂੰ ਵੀ 3-4 ਦਿਨ ਹੀ ਹੋਏ ਬਾਈ ਹਜੇ। ਅੱਛਾ 3-4 ਦਿਨ ਹੀ ਆ ਅਤੇ ਗੱਡੀ 'ਚ ਆਈ ਆ ਇਹਦੇ ਨਾ ਆ ਕੇ ਨਾ ਥਾਣਾ ਨੂੰ ਉੱਥੇ ਸੂਈ ਸੀ ਅਤੇ ਦਾਬ ਪਤਾ ਭਾਲ ਆਈ ਵੀ ਆ, ਪਤਾ ਨਹੀਂ ਕੋਈ ਦਾਬ ਆਈ ਵੀ ਆ ਮਾੜੀ ਮੋਟੀ ਗੱਡੀ 'ਚ ਤਰਤਾਰੀ ਹੋ ਸਕਦਾ। ਤਾਂ ਹੀ ਮੈਂ ਦੇਖੋ ਮੈਂ ਚਲੋ ਭਲੂਣ ਆ ਉਹ ਪੱਕੀ ਭਲੂਣ ਹੋ ਗਈ ਮਾੜੀ ਜੀ ਉਹ ਬਈ ਸੋ ਜਾ ਉਹ ਤੁਹਾਨੂੰ ਮਾੜੀ। ਬਾਕੀ ਬਈ ਇਹ ਵੀ ਹਜੇ ਬਹੁਤ ਆਰਡਰ 'ਚ ਗਜਾਇਸ ਰੱਖੀ ਬੈਠੀ ਹੈ ਹਨਾ। ਹਾਂ 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 ਬਈ ਇੰਨੇ ਪਲ ਪਏ ਵੀ ਹਨਾ, ਪਲ ਤਾਂ ਫਿਰ ਕੱਢਣੇ ਹੁੰਦੇ ਆ। ਬਾਕੀ ਅਗਲਾ ਕਹਿੰਦਾ ਬਈ ਪਤਾ ਨਹੀਂ ਗੱਪ ਮਤਲਬ ਕਿ ਉਹਨਾਂ ਨੇ ਤਾਂ ਬਹੁਤ ਜ਼ਿਆਦਾ ਦੀ ਮਾਂ ਦਾ ਦੁੱਧ ਬਹੁਤ ਚੰਗਾ ਰਿਕਾਰਡ ਆ ਬਈ ਇਹਦੀ ਦਾ। ਓਕੇ ਮਾਂ ਦਾ ਬਹੁਤ ਚੰਗਾ ਰਿਕਾਰਡ। ਹਾਂ ਇਹ ਕਿੰਨਾ ਦਿੰਦੀ ਆ ਮੂਰੇ ਆਪਾਂ ਨੂੰ? ਇੱਕ ਵਾਰੀ ਨੰਬਰ ਬਈ ਫੇਰ ਬੋਲ ਦੀ ਆਪਾਂ ਦੁਬਾਰੇ। 98-169 ਬਈ। ਹਾਂਜੀ 30-726। ਓਕੇ ਜੀ ਤੇ ਇਹਦੇ ਮਗਰ ਕੀ ਆ ਬਾਈ? ਇਹਦੇ ਮਗਰ ਕੱਟੀ ਆ ਬਾਈ, ਇਹਦੇ ਮਗਰ ਵੀ ਕੱਟੀ ਆ ਲਾਊਗੀ ਮਿੱਤਰੋ। ਤੇ ਚਾਰ ਦੰਦ ਹੋ ਗਏ ਵੀ ਘਰੋਂ ਪਤਾ ਕਰਕੇ ਦੇ ਦੇ ਪਰ ਇਹਦਾ ਪਹਿਲਾ ਗਾ ਇਹ ਪਹਿਲਾ ਸੂਆ ਬਾਈ, ਪਹਿਲਾ ਸੂਆ ਜੀ ਭਲੂਣ ਹੈ। ਚਾਰ ਦੰਦ ਹੋ ਗਈ ਬਾਈ ਦੇ ਘਰੇ ਆ ਕੇ, ਬਾਈ ਕਹਿੰਦਾ ਦੋ ਦੰਦ ਜਿਹੜੇ ਨਿਕਲੇ ਇੱਥੇ ਹੀ ਨਿਕਲੇ ਸੀ ਤੇ ਸੂਣ ਵਾਲੀ ਬਾਈ ਕੋਲੇ ਆਈ ਸੀਗੀ ਤੇ ਮਾੜੀ ਮੋਟੀ ਦਾਬ ਆ ਗਈ ਸੀ, ਉਹਨੂੰ ਸੈੱਟ ਆ ਸਾਰਾ ਕੁਝ ਬਾਈ ਕਹਿੰਦਾ ਕੋਈ ਉਹਨੇ ਆਪਾਂ ਤਿਆਰ ਕਰਕੇ ਤਾਂ ਹੀ ਮੈਂ ਕਿਹਾ ਜੋ 2-4 ਦਿਨਾਂ 'ਚ ਕੋਈ ਮਾੜਾ ਮੋਟਾ ਇੱਕ ਅੱਧਾ ਪਲ ਲੈ ਜੂਗੀ ਜਾਂ ਉਹ ਦੇ ਜਾਾਂਗੇ ਆਪਾਂ ਤਾਂ ਕਰਕੇ, ਕਿਉਂਕਿ ਮੇਰਾ ਮੱਲੋ ਮੱਲੀ ਜੀ ਕੀਤਾ ਵੀ ਇਹਨੂੰ ਮੈਂ ਕਿਉਂ ਨਾ ਵੀਡੀਓ ਦੇ ਵਿੱਚ ਲੈ ਕੇ ਜਾਵਾਂ ਬਾਈ ਨੂੰ, ਮੈਂ ਇਹਨੂੰ ਵੀ ਨਾਲ ਲਿਆਉਣੀ ਆ ਕੰਪੀਟੀਸ਼ਨ ਲੜਨ ਵਾਲੀ ਝੋਟੀ ਬਣਨ ਵਾਲੇ ਬੱਚੇ ਵੀ ਇਹਦੇ ਕੰਪੀਟੀਸ਼ਨਾਂ 'ਚ ਖੜਨ ਵਾਲੇ। ਬਿਲਕੁਲ ਬਾਈ ਬਹੁਤ ਸਕੀਨ ਝੋਟੀ ਹੈ, ਥਾਂ ਦਾ ਗੈਪ ਸੋਹਣਾ, ਆਰਡਰ ਬਹੁਤ ਜ਼ਿਆਦਾ ਸੋਹਣਾ। ਚਲੋ ਉਹ ਪਹਿਲਾਂ ਦਾ ਕਰਕੇ ਭਲੂਣ ਮਾੜੀ ਮੋਟੀ ਰਹਿੰਦੀ ਹੈ, ਉਹ ਗੱਲ ਵੱਖਰੀ ਹੈ ਵੀ 5-7 ਦਿਨਾਂ 'ਚ ਉਤਰਦੀ ਹੈ, ਨਾੜੂਗਾ ਬੱਚੇ ਦੇ ਨਾਲ ਲੌਂਕੀ ਜਾਂਦਾ, ਬੱਚੇ ਤੋਂ ਐਸਟੀਮੇਟ ਲੱਗ ਜਾਂਦਾ ਵੀ ਕਿੰਨੇ ਕੁ ਦਿਨਾਂ ਦੀ ਹੈ, ਨਹੀਂ ਹੁਣ ਨੂੰ ਝੜ ਕੇ ਨਾੜਗਾ ਜਿਹੜਾ 5-6 ਦਿਨਾਂ 'ਚ ਤਾਂ ਡਿੱਗ ਪਾਉਂਦਾ ਹੁੰਦਾ। ਠੀਕ ਆ ਤੇ ਅੱਜ 4th ਦਿਨ ਇਹਨੂੰ ਸੂਈ ਨੂੰ? ਹਾਂ ਬਈ 4th ਦਿਨ ਇਹਨੂੰ, 4th ਦਿਨ ਆ ਬਈ ਅੱਜ ਸੂਈ ਨੂੰ। ਤੇ ਝੋਟੀ ਤੁਸੀਂ ਦੇਖ ਸਕਦੇ ਆ ਝੋਟੀ ਨੂੰ ਦੇਖ ਕੇ। ਬਾਕੀ ਚਰਨੀ ਇੱਕ ਗੱਲ ਤਾਂ ਮੰਨਣ ਜੋਗਾ, ਪਹਿਲਾਂ ਤੂੰ ਜਿਹੜੇ ਤੂੰ ਪਸ਼ੂ ਲੈ ਕੇ ਆਉਣਾ, ਪਰਮਾਤਮਾ ਹੀ ਤੈਨੂੰ ਰੱਖੇ ਬਈ, ਤਰੱਕੀ ਬਖਸ਼ੇ, ਤਾਂ ਬਹੁਤ ਜ਼ਿਆਦਾ ਸੋਹਣੇ ਤੇ ਚੰਗੇ ਦੁੱਧ ਵਾਲੇ, ਇਹ ਗੱਲ ਮੰਨਣ ਜੋਗਾ। ਤਾਂ ਹੀ ਇਲਾਕੇ 'ਚ ਬੰਦਾ ਕਹਿੰਦਾ ਵੀ ਯਾਰ ਆਪਾਂ ਬਾਈ ਕੋਲੇ ਚੱਲੀਏ ਜੇ ਕੋਈ ਦੁੱਧ ਵਾਲੀ ਚੀਜ਼ ਆਪਾਂ ਨੂੰ ਚਾਹੀਦੀ ਹੈ। ਕੋਸ਼ਿਸ਼ ਵੀ ਬਈ ਆਪਾਂ ਨੂੰ ਕੀ ਆਪਾਂ ਨੂੰ ਸ਼ੌਂਕ ਨਾ ਵਧਾਏ ਤਾਂ ਕਿ ਹਰੇਕ ਦਾ ਸ਼ੌਂਕ ਨਾ ਕੰਮ ਵਧੇ ਆਪਣੀ ਵਜ੍ਹਾ ਨਾਲ ਕਿਸੇ ਦਾ ਹੋਣਾ। ਜੇ ਕੁਦਰਤੀ ਕਿਸੇ ਦੇ ਕਰਮਾਂ ਨੂੰ ਕੋਈ ਮਾੜੀ ਮੋਟੀ ਰਹੇਗੀ ਤਾਂ ਆਪਾਂ ਕਹਿ ਨਹੀਂ ਸਕਦੇ। ਚਲੋ ਐਂ ਤਾਂ ਹੋ ਜਾਂਦਾ ਆਪਣੇ ਮਨ 'ਚ ਇਹ ਰੱਖ ਕੇ ਨਹੀਂ ਦਿੱਤੀ ਜਾਂਦੀ ਕਿ ਯਾਰ ਆਪਾਂ ਕਿਸੇ ਨੂੰ ਨਿਗਾਹ ਦੋ ਯਾਰ। ਹਾਂ ਨਿਗਾਹ ਦੋ ਲਓ ਵੀ ਮਿੱਤਰੋ ਘਰੋਂ ਚੱਕ ਇਹਦਾ ਆਰਡਰ ਉਡਰ ਤਾਂ ਜਮਾ ਜਿਵੇਂ ਭਲੂਣ ਆ ਤੇ ਭਲੂਣ ਦਾ ਆਰਡਰ ਤੁਸੀਂ ਦੇਖ ਹੀ ਸਕਦੇ ਆ। ਹਜੇ ਇਹਨੂੰ ਕੁਛ ਨਹੀਂ ਮੈਂ ਭਲਾ ਕਰਕੇ ਨਾ ਕੋਈ ਮਿੱਠਾ ਮੁੱਠਾ ਨਾ ਕੁਛ ਨਹੀਂ ਇਹਨੂੰ ਬਈ ਨੋਰਮਲ ਰੱਖਿਆ ਹੋਇਆ ਜਮਾ ਇਕੱਲੇ ਤੂੜੀ ਹਰੇ ਤੇ ਰੱਖੀ ਵੀ ਆ। ਇਹ ਵੀ ਬਹੁਤ ਡਬਲ ਕੱਢੂ ਆਰਡਰ ਬਾਈ ਹਨਾ। ਹਾਂ ਬਾਈ ਕਿਉਂਕਿ ਆਰਡਰ ਦਾ ਜਿਹੜਾ ਜਾਨਵਰ ਦਾ ਸਾਈਜ਼ ਹੀ ਦੱਸ ਦਿੰਦਾ ਪਹਿਲੇ ਵੀ ਇਹਨੇ ਕੀ ਬਣਨਾ। ਤਾਂ ਲਓ ਵੀ ਮਿੱਤਰੋ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰੋ, ਬਾਈ ਦਾ ਨੰਬਰ ਤੁਹਾਨੂੰ ਆ ਜਾਓ ਤੇ ਆ ਜਾਓ ਬਾਈ ਆ ਜਾਓ ਆ ਲੱਖੇ ਆ ਜਾ ਆਪਣਾ ਆ ਜਾ ਹੁਣ ਇਹ ਸਾਰੇ ਬਾਈ ਦੇ ਯਾਰ ਵੇਲੀ ਆ ਤਾਂ ਇੱਕ ਤਰ੍ਹਾਂ ਕਹਿ ਸਕਦੇ ਆ ਬਾਈ ਦੀ ਟੀਮ। ਜੇ ਇੱਕ ਜਣਾ ਨਹੀਂ ਹੈਗਾ ਤਾਂ ਆ ਜਾਓ ਪੰਕਜ ਆ ਜਾਓ ਆ ਜਾਓ ਯਾਰ ਖੜੋ ਤੁਸੀਂ ਆ ਜਾ ਹੁਣ ਉਹਦੇ ਵਾਂਗ ਕਹਿੰਦੇ ਹੁੰਦੇ ਟੀਮ ਵਰਕ ਤੋਂ ਬਿਨਾਂ ਕੀ ਬਣਦਾ। ਹਾਂ ਬਾਈ ਬਿਲਕੁਲ ਟੈਰੀ ਤਾਂ ਹੁੰਦੀ ਆ। ਦੇਖੋ ਇਹ ਬਾਈ ਦੇ ਮਿੱਤਰ ਆ ਗਏ ਜੀ ਨਾਲ ਤੇ ਬਾਈ ਦੀ ਮੇਨ ਲੇਬਰ ਆ ਗਈ ਤਾਂ ਰਹਿੰਦੇ ਭਰਾਵਾਂ ਮੰਗੀ ਆ ਸਾਰੇ ਕੰਮ ਦਿੰਦੇ ਕਿਉਂਕਿ ਮੈਂ ਤਾਂ ਪਰਸਨਲ ਪਹਿਲਾਂ ਤੋਂ ਆਉਣਾ ਜਾਂਦਾ ਰਹਿੰਦਾ ਹਨਾ। ਹਾਂਜੀ ਤਾਂ ਇਹਨਾਂ ਨੂੰ ਤਾਂ ਹੀ ਅੱਜ ਨਾਲ ਫਰੇਮ 'ਚ ਲਿਆ
ਵੀ ਟੀਮ ਵਰਕ ਤੋਂ ਕੁਛ ਨਹੀਂ ਹੋ ਸਕਦਾ ਅਤੇ ਇਹ ਬਾਈ ਦੀ ਚਰਨੀ ਦੀ ਟੀਮ ਆ। ਅਤੇ ਜਦੋਂ ਤੁਸੀਂ ਨਥਾਣੇ, ਇਹ ਬਠਿੰਡੇ ਦੇ ਨਜ਼ਦੀਕ ਪੈ ਜਾਂਦਾ, ਇੱਧਰੋਂ ਭੁੱਚੋ ਵੀ ਨੇੜੇ ਆ ਜਾਂਦਾ, ਭਗਤਾ ਭਾਈ ਤੋਂ ਵੀ 18 ਹਾਂ ਭਗਤਾ ਭਾਈ ਤੋਂ ਵੀ 18 ਕਿਲੋਮੀਟਰ ਹੋ ਗਿਆ, ਭੁੱਚੋ ਤੋਂ 10-15 ਕਿਲੋਮੀਟਰ ਹੋ ਗਿਆ, 12 ਕਿਲੋਮੀਟਰ ਬਾਈ, 12 ਕਿਲੋਮੀਟਰ ਹੈ ਜੀ। ਅਤੇ ਬਠਿੰਡੇ ਤੋਂ ਵੀ ਆਪਣਾ ਇੰਨਾ ਕੀ ਹੋ, 35 ਕਿਲੋਮੀਟਰ, 25-28 ਬਸ। ਅੱਛਾ 25-28 ਹੈ, ਠੀਕ ਆ, ਓਕੇ। ਅਤੇ ਬਾਕੀ ਬਾਈ ਦਾ ਇੱਥੇ ਜਮਾਂ ਬੱਸ ਸਟੈਂਡ ਦੇ ਕੋਲ ਹੀ ਮਤਲਬ ਫਾਰਮ ਰਹਿ ਜਾਂਦਾ, ਮਗਰਲੀ ਗਲੀ 'ਚ ਜਦੋਂ ਬਾਈ ਨੂੰ ਫੋਨ ਲਾਵੋਗੇ ਤਾਂ ਮੂਹਰੇ ਵੀ ਕੋਈ ਬੰਦਾ ਆਜੂ ਅਤੇ ਜਾਂ ਤੁਹਾਨੂੰ ਲੋਕੇਸ਼ਨ ਪੈ ਜਾਂਦੀ ਹੈ। ਅਤੇ ਨੰਬਰ ਬਾਈ ਦਾ 2 ਵਾਰੀ ਬੋਲਤਾ, 1 ਵਾਰੀ ਲਾਸਟ ਦੇ ਉੱਤੇ ਵੀ ਬੋਲਦੇ ਆ ਬਾਈ, ਬੋਲੀ ਨੰਬਰ 1 ਵਾਰ 98-159 ਬਾਈ, 98-159 30-726 30-726। ਅਤੇ ਇਹ ਬਾਈ ਦਾ ਹੈਗਾ ਜੀ ਨੰਬਰ, ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ, ਕਿਉਂਕਿ ਕਾਫੀ ਟਾਈਮ ਹੋ ਗਿਆ ਬਾਈ ਦੇ ਫਾਰਮ 'ਤੇ ਵੀਡੀਓ ਬਣਾਈ, ਤਾਂ ਹੁਣ ਆਈਆਂ ਸੀਗੀਆਂ ਮੱਝਾਂ ਚੰਗੀਆਂ ਅਤੇ ਬਾਈ ਗੱਲ ਆਪਾਂ ਦਿਖਾਈਏ। 20 ਤੋਂ ਵੀ ਬਾਰ ਬਾਰ ਦੀ ਉਮੀਦ ਵਾਲੀਆਂ ਝੋਟੀਆਂ ਬਾਈ, ਬਾਈ ਜੇ ਕਿਸੇ ਸੇਵਾ 22-23 ਕਿਲੋ ਵੀ ਪਾ ਸਕਦੇ। ਹਾਂ ਜਿਹੜੀਆਂ 3 ਹੈ ਨਾ, ਹਾਂ ਬਾਈ ਬਹੁਤ ਚੰਗੀਆਂ ਬਾਈ। ਇੱਕ ਚੀਜ਼ ਹੋਰ ਹੈ ਨਾ, ਜਿਵੇਂ ਫੱਟੀ ਮਾਰ ਕੇ ਨਹੀਂ ਰੱਖਿਆ ਹੁੰਦਾ ਕੱਦ, ਬਰੋਬਰ ਲਾਈਆਂ ਹੁੰਦੀਆਂ ਨਾ, ਜਮਾਂ ਦੇ ਕੋਲੇ ਬੈਠੀ ਨੇੜੇ ਕਰੀ ਖੜੀਆਂ ਤੇ ਜਮਾਂ ਬਰੋਬਰ ਹੀ ਹੈ ਤੇ ਕਰੋ ਚੈੱਕ ਬਾਈ, 5-5 ਕੱਦ ਦੇ ਹੈਡ ਇਹ ਉਵੇਂ ਆ ਇਹਦੇ ਵਿੱਚ, ਕਿਉਂਕਿ ਮੈਨੂੰ ਪਤਾ ਕਈ ਵਾਰੀ ਆਪਾਂ ਵੀਡੀਓ ਤੋਂ ਕੋਈ ਚੀਜ਼ ਆਪਾਂ ਦੇਖ ਲੈਣੇ ਆਪਾਂ ਨੂੰ ਉਹ ਕਦਾ ਕੱਦ ਛੋਟਾ ਨਿਕਲਦਾ, ਪਰ ਆਪਾਂ ਵੀਡੀਓ ਦੇ ਵਿੱਚ ਹੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਬਹੁਤ ਜ਼ਿਆਦਾ ਸੋਹਣੀ ਹੈਂਡ ਦੀਆਂ ਮੱਝਾਂ ਹੈ ਜਿਹਨੂੰ ਪੂਰੀ ਡਬਲ, ਜੇ ਵਪਾਰੀ ਲੈਣ 'ਚ ਆਪਾਂ ਕਹਿੰਦੇ ਕੱਦ ਕਾਠ ਵੀ ਬਹੁਤ ਡਬਲ ਆ ਯਾਰ, ਉਹ ਮੱਝਾਂ ਬਹੁਤ ਕੱਟ ਕਾਠਦੀਆਂ। ਅਤੇ ਉਹ ਬਾਕੀ ਝੋਟੀ ਤੁਸੀਂ ਦੇਖ ਲਓ, ਜਿਹੜੀ ਇਹ 4 ਦੰਦ ਹੁਣ ਸੂਈ ਆ, ਇਹਦਾ ਦੂਜਾ ਸੂਆ ਹੁਣ, ਅਤੇ ਭਲੂਣ ਨੇ ਬਹੁਤ ਚੰਗਾ ਦੁੱਧ ਦਿੱਤਾ ਵਾ, ਖੀਰੀ ਨੇ ਇਹਨੇ 14-15 ਕਿਲੋ ਯਕੀਨਣੀ ਦੁੱਧ ਦਿੱਤਾ ਵਾ, ਤਾਂ ਹੁਣ ਇਹਨੂੰ ਉਮੀਦ ਕਰਦੇ ਹਾਂ ਵੀ ਇਹ ਵੀ ਜਿਹੜੀ ਝੋਟੀ ਬਹੁਤ ਜ਼ਿਆਦਾ ਚੰਗਾ ਦੁੱਧ ਦੇਊਗੀ। ਅਤੇ ਬਾਕੀ ਬਾਈ ਕੋਲੇ ਜਿਹੜੀ ਉਹ ਸੂਈ ਆ ਝੋਟੀ ਭਲੂਣ, ਉਹ ਵੀ ਤੁਸੀਂ ਦੇਖ ਹੀ ਲੈਤੀ, ਅਤੇ ਜਿਹੜੀ ਇਹ ਝੋਟੀ ਆ ਤਾਂ ਇਹ ਵੀ ਤੁਸੀਂ ਦੇਖ ਹੀ ਲੈਤੀ। ਅਤੇ ਇਹ ਮੇਰੇ ਦਿਲ ਨੂੰ ਬੜੀ ਲੱਗੀ, ਹਜੇ ਹੈ ਤਾਂ ਛੋਟੀ ਹੈ, ਇਹਨੇ ਐਤੀ ਪਹਿਲਾਂ ਨੇ ਬਾਈ ਕਹਿੰਦਾ ਇਹ ਤੋਂ ਵੀ 15-16 ਲੀਟਰ ਦੀ ਉਮੀਦ ਕੀਤੀ ਜਾ ਸਕਦੀ ਹੈ, ਵੀ ਜੇ ਵਧੀਆ ਆਈ ਝੱਲੀ ਜਾਵੇ ਖਾਵੇ ਪੀਵੇ ਵਧੀਆ। ਠੀਕ ਹੈ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ।